ਵਾਰੀਅਰ 855 ਵੀ ਚਲਾਇਆ, ਅਰਜਨ ਵੀ ਚਲਾਇਆ, 605 ਸਾਰੀ ਚਲਾਇਆ। ਉਹਦੇ ਵਿੱਚੋਂ ਮੈਨੂੰ ਇਹ ਟਰੈਕਟਰ ਫਿੱਟ ਲੱਗੇ, ਸੰਤੁਸ਼ਟੀ ਹੋਈ ਮਨ ਨੂੰ, ਡੀਜ਼ਲ ਖਰਚੇ ਤੋਂ ਜ਼ੋਰ ਪਾਵਰੇ ਘੱਟੋ ਘੱਟ 10 ਪਲੱਸ ਐਚਪੀ ਹੋਦੀ ਹੈ ਵੀ 50 ਮੰਨ ਲੈ 65 ਤੋਂ ਪਲੱਸ ਜ਼ੋਰ 65 ਤੋਂ ਪਲੱਸ ਜ਼ੋਰ ਮਾਰਦਾ, 65 ਪਲੱਸ ਜ਼ੋਰ ਮਾਰਦਾ ਜਿਹੜਾ ਮਰਜ਼ੀ ਮੁੰਡਾ ਲੈ ਲੈ। ਚਲੋ ਆਪਾਂ ਵਾਲਾ ਕਹਿੰਦਾ ਵੀ ਵੀਡੀਓ ਬਣਾਉਣ ਦੇ ਮਾਰੇ, ਬਾਕੀ ਵੀਰੇ ਇੱਕ ਹੋਰ ਵੀ ਗੱਲ ਆ ਨਾ, ਕੋਈ ਜਿੱਦਬਾਜ਼ ਨਹੀਂ ਹੈਗੀ ਆਪਣੀ ਕਿਸੇ ਨਾਲ, ਵਿੱਚ ਬੰਦਾ ਕਹਿੰਦਾ ਵੀ ਅੜੀ ਕਰਦੇ ਆ ਸਾਡੇ ਬਰੋਬਰ ਚਲਾ ਕੇ ਦੇਖੋ, ਨਾ ਉਹ ਗੱਲ ਨਹੀਂ ਹੈਗੀ, ਜਿਹੜੀ ਚੀਜ਼ ਰੀਅਲ ਆ ਵੀ ਉਹ ਚੀਜ਼ ਦੱਸ ਰਿਹਾ। ਮੈਨੂੰ ਅਰਜਨ ਉਹੀ ਵਧੀਆ ਲੱਗਿਆ, ਮੈਂ ਮਾੜਾ ਨਹੀਂ ਕਹਿੰਦਾ ਰਿਟਰਨ ਹੁਣ ਵੀ, ਪਰ ਜਦੋਂ ਦਾ ਮੈਂ ਚਲਾਇਆ ਮੈਂ ਤਕਰੀਬਨ ਹਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 10-11 ਵਜੇ ਤੱਕ ਇਹਨੂੰ ਚਲਾਉਂਦਾ ਹਾਂ, ਤਾਂ ਇਸ ਨੇ ਮੇਰੀ ਰਾਏ ਪਲਟ ਕੇ ਰੱਖੀ। ਅੱਛਾ ਵੀ ਤੁਹਾਡਾ ਮਨ ਵੀ ਬਦਲ, ਤੁਹਾਨੂੰ ਪਹਿਲਾਂ ਤੁਸੀਂ ਇਹਦੀ ਸਹਿਮਤੀ 'ਚ ਨਹੀਂ? ਬਿਲਕੁਲ ਸਹਿਮਤੀ ਨਹੀਂ, ਮੈਂ ਠੀਕ ਆ ਵੀ ਜੋਨ ਡੇਅਰ ਕਹਿੰਦੇ ਨੇ ਮੈਨੂੰ ਚੱਲਦਾ ਵੀ ਤੁਹਾਨੂੰ ਵੀ ਹੈਗਾ ਸੀ ਉਹ ਵੀ, ਹੁਣ ਮੈਨੂੰ ਅੱਜ ਵੀ ਮੈਨੂੰ ਕਹਿ ਰਿਹਾ ਵੀ ਟਰੈਕਟਰ ਨੇ ਬਾਕੀ ਮੇਰੀ ਰਾਏ ਇਸ ਨੇ ਪਲਟੀ। ਜੌਂਡੀਅਰ 55 ਦਾ ਸੀ ਨੇ ਤਿੰਨੇ, ਤੇ ਤੁਸੀਂ ਆਪਣੇ ਯੂਟਿਊਬ ਚੈਨਲ ਦੇ ਉੱਪਰ ਪਹਿਲਾਂ ਵੀਡੀਓ ਦੇਖੀ ਹੋਊਗੀ ਆਈਸ ਟਰੈਕਟਰ ਦੀ 4x4 ਦੀ, ਜਿਹੜੀ ਦਾ ਆਪਾਂ ਰਿਵਿਊ ਵੀਡੀਓ ਪਾਇਆ ਸੀਗਾ, ਤੇ ਆਹ ਬਾਈ ਦਾ ਟਰੈਕਟਰ ਹੈਗਾ। ਤੇ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਪਹਿਲਾਂ ਤਾਂ ਆਪਣਾ ਨਾਂ ਦੱਸ ਦਿਓ। ਮੇਰਾ ਨਾਂ ਪਰਮਜੀਤ ਸਿੰਘ ਹੈ ਜੀ। ਪਰਮਜੀਤ ਸਿੰਘ ਬਾਈ ਦਾ ਨਾਮ ਹੈਗਾ। ਤੇ ਬਾਈ ਆਪਾਂ ਟਰੈਕਟਰ ਦੱਸ ਦਿਓ ਵੀ ਕਿੰਨਾ ਮਾਡਲ ਟਰੈਕਟਰ ਹੈ? ਇਹਦੇ 20 ਮਾਡਲ ਟਰੈਕਟਰ ਹੈ। 20 ਮਾਡਲ, ਇੱਕ ਬਾਈ ਦਾ ਇਹ ਟਰੈਕਟਰ ਹੈਗਾ ਤੇ ਇੱਕ ਬਾਈ ਦਾ ਉਹ ਟਰੈਕਟਰ ਹੈ, ਤੇ ਇੱਕ ਬਾਈ ਅਮਨਦੀਪ ਨੂੰ ਵਧਾਈਆਂ ਹੁਣ ਦਵਾ ਕੇ ਲਿਆਂਦਾ ਜੀ। ਬਾਈ ਬਾਈ ਨੂੰ ਵਧਾਈਆਂ ਦਿਓ ਸਾਰੇ ਜਾਣੇ। ਤੇ ਬਾਈ ਨੇ 55 ਦਾ ਲਿਆ ਹੈਗਾ, 5 ਕਿਤੇ ਨਹੀਂ ਹੋਏ ਨੇ ਟਰੈਕਟਰ ਲਏ ਇਹਨੂੰ। ਤੇ ਬਾਈ ਜੀ ਆਪਾਂ ਉਹ ਦੱਸੋ ਵੀ ਟਰੈਕਟਰ 20 ਮਾਡਲ, 20 ਮਾਡਲ ਉਹ ਦੂਸਰਾ ਉਹ 21 ਮਾਡਲ ਹੈ ਬਾਈ, ਉਹ 21 ਮਾਡਲ ਇਹ 23 ਮਾਡਲ ਆ। ਤੇ ਬਾਈ ਆਪਾਂ ਦੱਸੋ ਵੀ ਇਹਦਾ ਟਰੈਕਟਰ ਬਾਰੇ, ਤੁਸੀਂ ਜੌਂਡੀਅਰ ਹੀ ਕਿਉਂ ਚੁਣਿਆ ਸੀ? ਇੱਕ ਬਾਈ ਦੀ ਗੱਲ ਹੋਰ, 2014 ਤੋਂ ਬਾਈ ਕਹਿੰਦਾ ਜੌਂਡੀਅਰ ਨਾਲ ਹੀ ਜੁੜਿਆ ਹੋਇਆ, ਤੇ ਜਦੋਂ ਦੇ ਅਸੀਂ ਦੇਖਦੇ ਆ ਰਹੇ ਹਾਂ ਬਾਈ ਨੂੰ, ਤੇ ਜੌਂਡੀਅਰ ਹੀ ਚਲਾ ਰਿਹਾ ਸੀ। ਪਹਿਲਾਂ ਵੀ ਕਿਹੜਾ ਟਰੈਕਟਰ ਸੀ? ਪਹਿਲਾਂ ਤਾਂ ਬਾਈ ਆਪਣੇ ਕੋਲ ਮਹਿੰਦਰਾ ਸੀਗਾ ਸਭ ਤੋਂ ਪਹਿਲਾਂ, ਕਰਲੋਸਕਰ ਸੀ। ਅੱਛਾ, ਉਦੋਂ ਬਾਅਦ 'ਚ ਬਾਈ ਜੌਂਡੀਅਰ ਵੱਲ ਫਿਰ ਕਿਵੇਂ ਹੋਈ ਤੁਸੀਂ? ਜੌਂਡੀਅਰ ਆਪਣੇ ਬਾਈ ਚਾਚੇ ਦੇ ਮੁੰਡੇ ਕੋਲੋਂ, ਸਾਰਿਆਂ ਕੋਲ ਆਪਣੇ ਜਿੰਨੇ ਵੀ ਮੰਨ ਲਾ ਸਾਡੇ ਸੱਕੇ ਚਾਚੇ ਦਾ ਸਾਰੇ ਕੋਲ ਜੌਂਡੀਅਰ ਸੀ। ਅੱਛਾ, ਜੌਂਡੀਅਰ ਪਹਿਲਾਂ ਕਿਹੜਾ ਜੌਂਡੀਅਰ ਲਿਆ ਸੀ? ਪਹਿਲਾਂ ਬਾਈ ਸ਼ੁਰੂ 'ਚ 50-50 ਡੀ 50-50 ਡੀ ਰੱਖਿਆ ਸੀਗਾ। ਅੱਛਾ ਬਾਈ, ਉਦੋਂ ਬਾਅਦ ਸਾਨੂੰ ਨਾ ਖਰਚਾ ਮੈਂਟੈਨੈਂਸ ਨਹੀਂ ਰਹਿਣ ਸਹੀ ਲੱਗਿਆ ਬਿਲਕੁਲ। ਅੱਛਾ ਬਾਈ, ਉਦੋਂ ਬਾਅਦ ਫਿਰ ਅਸੀਂ ਚਲੋ ਜਿਵੇਂ ਦੁਬਾਰਾ ਜੌਂਡੀਅਰ ਕੰਮ ਵੱਧ ਆ ਗਿਆ ਬਸ, ਫਿਰ ਹਾਂ ਕੋਈ ਆਪਣਾ ਜਿਹਾ ਕਿਰਾਏ ਦਾ ਕੰਮ ਨਾਲ। ਅੱਛਾ ਬਾਈ ਦਾ ਮੇਨ ਕੰਮ ਵੀ ਕਿਰਾਏ ਦਾ ਗਿਆ ਵੀ, ਉਹ ਕੋਈ ਸੰਦ ਹੀ ਨਹੀਂ ਹੈ ਜਿਹੜਾ ਬਾਈ ਇਹ ਚਲਾਉਂਦਾ ਨਹੀਂ ਗਾ। ਆਪਦੀ ਕਿਤ ਤਾਂ ਬਾਈ ਆਪਣੀ 20-25 ਕਿੱਲਿਆਂ ਦੀ ਕਰਦੇ ਹਾਂ, ਜ਼ਿਆਦਾ ਤਾਂ ਆਪਣਾ ਕਿਰਾਏ ਦਾ ਹੀ ਕੰਮ, ਕਿਰਾਏ ਦਾ ਕੰਮ ਆ। ਤੇ ਬਾਈ ਉਦੋਂ ਬਾਅਦ 'ਚ ਕਿਹੜਾ ਰੇਟ ਲਿਆ ਫਿਰ 50-50 ਡੀ ਤੋਂ ਬਾਅਦ? ਉਦੋਂ ਬਾਅਦ ਵੀ ਇੱਕ 50-50 ਡੀ 4-wheel ਡਰਾਈਵ ਰੱਖਿਆ ਸੀਗਾ, 53-10 ਲਿਆ ਸੀ, 53-5 ਲਿਆ ਸੀਗਾ, ਯਾਨੀ ਕਿ ਕੁੱਲ ਮਿਲਾ ਕੇ ਸਾਰੇ ਮਾਡਲ ਚਲਾਏ ਹੋਏ ਨੇ ਯਾਰ ਆਪਾਂ ਸਾਰੇ ਮਾਡਲ। ਜੌਂਡੀਅਰ ਦੇ ਵੀ, ਜੌਂਡੀਅਰ ਵੱਲੋਂ ਵੀ ਤੁਹਾਨੂੰ ਸੰਤੁਸ਼ਟੀ ਆ? ਹਾਂ, ਸੰਤੁਸ਼ਟੀ ਬਾਈ, ਸੰਤੁਸ਼ਟੀ। ਅੱਛਾ ਵੀ ਇਹਨਾਂ ਦਾ ਵੀ ਜਿਵੇਂ ਹੁਣ ਹੋਊਗਾ ਜਾਂ ਬਣਾ ਰੱਖਿਆ, ਇੱਕ ਵੀ ਤੇਲ ਜ਼ਿਆਦਾ ਖਾਂਦੇ ਨੇ? ਨਾ ਵੀਰੇ, ਆਪਣੇ ਕੋਲ ਜਿਹੜਾ ਮਰਜ਼ੀ ਮੁੰਡਾ ਅੱਗੇ ਚੈੱਕ ਕਰ ਸਕਦਾ ਆਪਣੇ ਵਾਹਨ 'ਚ ਆ ਕੇ ਚਲਾ ਕੇ ਆਪਣੀ ਮਰਜ਼ੀ ਨਾਲ, ਜਿਵੇਂ ਦਾ ਵੀ ਰਿਵਿਊ ਲੈਣਾ ਚਾਹੁੰਦਾ ਅਗਲਾ ਕੋਈ, ਚਲਾ ਕੇ ਦੇਖਣਾ ਡੀਜ਼ਲ ਖਰਚਾ ਜਾਂ ਕੁਛ ਵੀ, ਐਵਰੇਜ ਕਢਾ ਕੇ ਦੇਵਾਂਗੇ, ਕੋਈ ਡੀਜ਼ਲ ਖਰਚਾ ਜ਼ਿਆਦਾ ਨਹੀਂ। ਛੱਡੀ ਵੀ ਕਿੰਨੇ ਕੁ ਐਵਰੇਜ ਪਾਈ? 7 ਲੀਟਰ ਕਿੱਲੇ ਦਾ ਖਾਂਦਾ ਖਰਚਿਆਂ ਦੇ, ਖਰਚਿਆਂ ਦੇ ਵਿੱਚ। ਤੇ ਇਹੋ ਜਿਹੇ ਵਾਹਨ ਦੇ ਵਿੱਚ, ਇਹੋ ਜਿਹੇ ਵਾਹਨ ਦੇ ਵਿੱਚ ਬਈ 5.5-6 ਲੀਟਰ ਦਾ ਗੇਟ ਹੁੰਦਾ, ਜਿਵੇਂ ਮਤਲਬ ਖਰਚੇ ਵੱਡੇ ਹੋਏ ਨੇ 6.5 ਲੀਟਰ। ਹਾਂ, ਜਿਵੇਂ ਹੁਣ ਇਹ ਵਾਹਿਆ ਹੋਇਆ ਵਾਹਨ ਹੈ, 5 ਲੀਟਰ ਦੀ ਔਸਤ ਪੈਂਦੀ। ਤੇ ਬਈ ਇਹਦਾ ਉਹ ਵੀ ਆਪਣੀ ਜਿਹੜੀ ਸਰਵਿਸ ਵਾਲੀ ਕਹਿ ਦਿੰਦੇ, ਜਿਵੇਂ ਸਰਵਿਸ ਬਹੁਤ ਮਹਿੰਗੀ ਹੈ ਜੀ ਬਈ, 3700 ਰੁਪਏ 'ਚ ਸਰਵਿਸ ਹੁੰਦੀ ਹੈ ਇਹਦੀ ਕੁੱਲ, ਜੇ ਸਾਰੇ ਫਿਲਟਰ ਡੀਜ਼ਲ ਫਿਲਟਰ ਮਗਲੈਲ ਫਿਲਟਰ ਵਗੈਰਾ ਸਾਰੇ ਚੇਂਜ ਕਰਨੇ ਹੋਣ ਆਪਾਂ, 8.5 ਲੀਟਰ ਮਗਲੈਲ ਪੈਂਦਾ ਇਹਦੇ ਵਿੱਚ। ਤੇ ਜ਼ਿਆਦਾ ਸਰਵਿਸ ਵਗੈਰਾ ਮੈਂ ਕੋਈ ਕਿਸੇ ਤਰੀਕੇ ਦੀ ਕੋਈ ਕੋਸਟ ਨਹੀਂ ਯਾਰ ਜ਼ਿਆਦਾ। ਤੇ ਮੋਡੀਫਿਕੇਸ਼ਨ ਕੀ ਕਰਵਾਈ? ਮੋਡੀਫਿਕੇਸ਼ਨ ਮੇਰੇ ਕੱਲੀ ਏਸੀ ਨਹੀਂ, ਸਿਰਫ ਪੰਪ ਦੀ ਕਰਵਾਈ, ਹੋਰ ਅਸੀਂ ਕੋਈ ਚੇਂਜ ਨਹੀਂ ਕਰਿਆ, ਕੋਈ ਨਿਊਜ਼ਲਾਂ ਵਗੈਰਾ ਨਾ, ਟਰਬੋ ਵਗੈਰਾ ਸਾਰੀ ਓਰੀਜਨਲ ਨਾਲ ਦੀ, ਜੈਨੂਅਲ ਟਰਬੋ, ਜੈਨੂਅਲ ਟਰਬੋ, ਪੰਪ ਦੀ ਮੋਡੀਫਿਕੇਸ਼ਨ ਕਰਵਾਈ ਹੈਗੀ, ਪੰਪ ਦੀ ਮੋਡੀਫਿਕੇਸ਼ਨ ਕਰਾਈ। ਤੇ ਪੰਪ ਮੋਡੀਫਾਈ ਕਰਾਈ ਤੋਂ ਬਾਅਦ ਚ ਡੀਜ਼ਲ ਦੀ ਐਵਰੇਜ ਘਟੀ ਹੈ ਕਿ ਪਹਿਲਾਂ? ਘਟੀ ਹੈ, ਜ਼ੋਰ ਦਾ ਬਹੁਤ ਫਰਕ ਪੈ ਗਿਆ, ਜ਼ੋਰ ਵੱਧ ਗਿਆ, ਤੇਲ ਘੱਟ ਖਾਂਦਾ, ਡੀਜ਼ਲ ਖਰਚਾ ਘੱਟ ਗਿਆ। ਪਟਿਆਲਾ ਡੀਜ਼ਲ ਵਰਕਰ ਸੀ, ਸੁਨਾਮ ਮਾਨਸਾ ਰੋਡ ਦੇ ਉੱਪਰ।
ਤੁਸੀਂ ਬਈ ਕਨੈਕਟ ਕਰਕੇ ਬਾਈ ਤੋਂ ਆਪਦਾ ਵੀ ਜਿਹਨੂੰ ਕੋਈ ਲੋੜ ਹੈਗੀ ਆਪਦੀ ਪੁੱਛ ਸਕਦੇ ਹੋ ਖਰਚਾ ਵੀ ਕਿਵੇਂ ਹੈਗਾ ਤੇ ਆ ਜਾਓ ਆਪਾਂ ਬਾਈ ਅਮਨ ਨਾਲ ਵੀ ਗੱਲ ਕਰਦੇ ਹਾਂ ਤੇ ਬਾਈ ਆਪਾਂ ਫਿਰ ਵੀ ਹੁਣ ਹੀ ਲਿਆਂਦਾ ਇਹ ਪੰਜ ਕੁ ਦਿਨ ਹੋਏ ਨੇ ਤੇ ਜੌਂਡੀਅਰ ਬਾਰੇ ਕਿਵੇਂ ਸੋਚਿਆ ਫਿਰ ਤੈਂ ਜੌਂਡੀਅਰ ਬਾਰੇ ਵੀ ਮੈਂ ਪਹਿਲਾਂ ਆਪਣਾ ਕੰਪਨੀ ਨਾਲ ਲਿੰਕ ਸੀ ਨਾ ਚਲੋ ਜਾਂਦੇ ਸੀ ਬਾਹਰ ਅੰਦਰ ਟਰੈਕ ਲੈ ਕੇ ਸੁਪਰ ਸੀਟਰ ਲੈ ਕੇ ਕੰਪਿਊਟਰ ਮੈਂ ਚਲਾਇਆ ਸੀਗਾ ਜੌਂਡੀਅਰ 855 ਵੀ ਚਲਾਇਆ ਅਰਜਨ ਵੀ ਚਲਾਇਆ ਸਾਰੇ ਚਲਾਏ ਨੇ ਸਾਰੇ ਚਲਾਇਆ ਉਹਦੇ ਵਿੱਚੋਂ ਮੈਨੂੰ ਇਹ ਟਰੈਕਟਰ ਫਿੱਟ ਲੱਗੇ ਸੰਤੁਸ਼ਟੀ ਹੋਈ ਮਨ ਨੂੰ ਡੀਜ਼ਲ ਖਰਚੇ ਤੋਂ ਜ਼ੋਰ ਮੈਂਟੇਨੈਂਸ ਜ਼ੋਰ ਪੱਖੋਂ ਸਾਰੀ ਚੀਜ਼ ਪੱਖੋਂ ਜਦੋਂ ਆਪਾਂ ਅੱਡੋ ਅੱਡ ਟਰੈਕਟਰ ਚਲਾਉਂਦੇ ਹਾਂ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਕਿਹੜੇ ਟਰੈਕਟਰ 'ਚ ਕੀ ਖੂਬੀ ਹੈ ਜਿਵੇਂ ਹੁਣ ਵੀ ਆਪਾਂ ਇੱਕ ਚਲਾ ਲਈਏ ਦੇ ਮੁਕਾਬਲੇ ਉਹ ਪਤਾ ਨਹੀਂ ਲੱਗਦਾ ਉਹ ਪਤਾ ਸਾਰੇ ਚਲਾਏ ਹੋਏ ਸਾਰੇ ਚਲਾਏ ਹੋਏ ਨੇ ਹਰ ਟਰੈਕਟਰ ਕੋਈ ਮਾੜਾ ਨਹੀਂ ਹੈਗਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵੀ ਸਭ ਆਪਣੀ ਜਗ੍ਹਾ ਸਾਰੇ ਵਧੀਆ ਸਾਰੇ ਸਹੀ ਆ ਪਰ ਮੇਰੇ ਮਨ ਨੂੰ ਜ਼ਿਆਦਾ ਸੰਤੁਸ਼ਟੀ ਇਹ ਟਰੈਕਟਰ ਤੋਂ ਹੋਊਗੀ 52 ਤੋਂ ਹਾਂ 53 ਵੀ ਚਲਾਇਆ ਗਾ ਉਹਦਾ ਖਰਚਾ ਥੋੜਾ ਜਿਹਾ ਵੱਧ ਹੋ ਜਾਂਦਾ ਕਿਉਂ ਪਾਵਰ ਚ ਵੱਧ ਜਾਂਦਾ ਗਾ ਜਿਵੇਂ ਆਪਾਂ ਕਹਿੰਦੇ 50 ਐਚ ਵੀ ਜਾਗਾ ਨਾ ਇਹ 50 ਐਚ ਵੀ ਜਾ ਤੇ 65 ਐਚ ਵੀ ਦੇ ਬਰੋਬਰ ਕੰਮ ਕਰਦਾ ਮੋਡੀਫਿਕੇਸ਼ਨ ਦੁਬਾਰਾ ਮਰਜ਼ੀ ਲੈ ਆ ਖਰਚਾ ਵਧਿਆ ਨਹੀਂ ਬਈ ਮੋਡੀਫਿਕੇਸ਼ਨ ਨਾ ਨਾ ਵੀ ਪਾਵਰ ਕਿੰਨੀ ਵਧ ਗਈ ਪਾਵਰ ਵੀ ਘੱਟੋ ਘੱਟ 10 ਪਲੱਸ ਐਚ ਵੀ ਦੀ ਵੀ 50 ਜੀ ਮੰਨ ਲੈ 65 ਐਚ ਵੀ ਦਾ ਯਾਰ 2 ਪਲੱਸ ਜ਼ੋਰ 65 ਤੋਂ ਪਲੱਸ ਜ਼ੋਰ ਮਾਰਦਾ 65 ਪਲੱਸ ਜ਼ੋਰ ਮਾਰਦਾ ਜਿਹੜਾ ਮਰਜ਼ੀ ਮੁੰਡਾ ਲੈ ਆਵੇ ਚਲੋ ਆਪਾਂ ਵਾਲਾ ਕਹਿੰਦਾ ਵੀ ਵੀਡੀਓ ਬਣਾਉਣ ਦੇ ਮਾਰੇ ਕਰ ਦਨੇ ਆ ਤੁਸੀਂ ਸਾਨੂੰ ਕੁਝ ਦਿੱਤਾ ਹੈ ਕੁਝ ਦਿੱਤਾ ਲੈਣੀ ਆਪਾਂ ਨਾ ਬਈ ਆਪਣਾ ਮਿੱਤਰ ਆਣ ਵਾਲੇ ਪੰਮਾ ਵੀ ਆਪਾਂ ਕੋਈ ਆਪਾਂ ਮਸ਼ਹੂਰੀ ਨਹੀਂ ਕਰਦੇ ਟਰੈਕਟਰ ਦੀ ਬਾਕੀ ਵੀਰ ਇੱਕ ਹੋਰ ਵੀ ਗੱਲ ਆ ਨਾ ਕੋਈ ਜਿੱਦਬਾਜ਼ ਨਹੀਂ ਹੈਗੀ ਆਪਣੀ ਕਿਸੇ ਨਾਲ ਪੁੱਛ ਬੰਦਾ ਕਹਿੰਦਾ ਵੀ ਅੜੀ ਕਰਦੇ ਆ ਸਾਡੇ ਬਰੋਬਰ ਚਲਾ ਕੇ ਦੇਖੋ ਨਾ ਉਹ ਗੱਲ ਨਹੀਂ ਹੈਗੀ ਜਿਹੜੀ ਚੀਜ਼ ਰੀਅਲ ਆ ਵੀ ਉਹ ਚੀਜ਼ ਦੱਸ ਰਹੇ ਆ ਵੀ ਜਿਹੜਾ ਸੱਚ ਆ ਤੁਸੀਂ ਆਪਾਂ ਉਹ ਦੱਸਣਾ ਚਾਹੁੰਦੇ ਹੋ ਕਿ ਵੀਰੇ ਕੋਈ ਇਹਦਾ ਇੰਜਨ ਨੂੰ ਨੁਕਸਾਨ ਨਹੀਂ ਕਿਸੇ ਚੀਜ਼ ਨੂੰ ਕੋਈ ਨੁਕਸਾਨ ਨਹੀਂ ਕਹਿੰਦਾ ਗੇਅਰ ਇਹਦਾ ਪਹਿਲਾਂ ਤੋਂ ਤਗੜਾ ਹੈਗਾ ਗੇਅਰ ਤਾਂ ਇਹਦਾ ਪਹਿਲਾਂ ਤੋਂ ਸ਼ੁਰੂ ਤੋਂ ਤਗੜਾ ਕਿਉਂਕਿ ਆਪਾਂ ਤਾਂ ਜੈਨੂਇਨ ਜਿਹਾ ਕੰਮ ਕੀਤਾ ਯਾਰ ਕੋਈ ਇੰਜਨ ਨਾਲ ਛੇੜਛਾੜ ਨਹੀਂ ਕੀਤੀ ਕੁਝ ਨਹੀਂ ਕੀਤਾ ਇਕੱਲੀ ਪੰਪ ਤੋਂ ਐਚਪੀ ਦਾ ਆਪਾਂ ਵਧਾਈ ਤੇ ਬਈ ਇੱਕ ਵੀ ਪੰਜ ਕੁ ਦਿਨ ਹੋਏ ਨੇ ਮੰਨ ਲਓ ਠੀਕ ਹੈ ਵੀ ਚਲਾਇਆ ਕਿਹੜੀ ਕਿਹੜੀ ਚੀਜ਼ ਤੇ ਤੁਸੀਂ ਚਲਾਇਆ ਵੀਰ ਖਰਚੇ ਵਾਲੇ ਰੀਪਰ ਤੇ ਚਲਾਇਆ ਅੱਛਾ ਤਵੀਆਂ 'ਚ ਚਲਾ ਲਿਆ ਤਵੀ ਹੈਰੋ 'ਚ ਆਪਣਾ ਬਾਜੀ ਕਰੀਆ ਹਾਲ ਹਾਲ ਕਵਾਇਆ ਰਹੀ ਸੀ ਗੱਡੀ ਨੋਡਲ ਤੇ ਚਲਾਇਆ ਰੈਲ ਤੇ ਚਲਾਇਆ ਅੱਜ ਸੁਪਰ ਸੀਟਰ ਪਾਇਆ ਤੇ ਮਗਰ ਸੀਟਰ ਪਾਇਆ ਹੋਣਾ ਇਹਦੇ ਪਿੱਛੇ ਅੱਜ ਤੁਹਾਨੂੰ ਸੁਪਰ ਸੀਟਰ ਵੀ ਇਹਦਾ ਆਪਾਂ ਚਲਾ ਕੇ ਦਿਖਾਵਾਂ ਇੱਥੇ ਬਈ ਤਵੀਆਂ ਦੇ ਵਿੱਚ ਤੁਸੀਂ ਚਲਾਇਆ ਵੀ ਤੁਹਾਨੂੰ ਸੰਤੁਸ਼ਟੀ ਤੇ ਪੂਰੀ ਵੀ ਲੈਣ ਤੋਂ ਬਾਅਦ ਇੰਜ ਤੈਨੂੰ ਹੋਇਆ ਵੀ ਯਾਰ ਵੀ ਪੈਸੇ ਡਿੱਗ ਗਏ ਆਪਣਾ ਪੈਸੇ ਡਿੱਗਣ ਵਾਲੀ ਕੋਈ ਗੱਲ ਨਹੀਂ ਹਨਾ ਤੁਸੀਂ ਦੇਖ ਸਕਦੇ ਹੋ ਜੀ ਖੁਸ਼ੀ ਦੇਖ ਸਕਦੇ ਹੋ ਤੁਸੀਂ ਆਪੋ ਆਪੇ ਸੋਚਾ ਨਾ ਟਰੈਕਟਰ ਕੋਈ ਮਾੜਾ ਨਹੀਂ ਹੁੰਦਾ ਅਸੀਂ ਤਵੀਆਂ ਫੁੱਲ ਖੋਲ ਕੇ ਜਿਵੇਂ ਆਪਾਂ ਕਹਿੰਦੇ ਆ ਵੀ ਨਵਾਂ ਟਰੈਕਟਰ ਨਵਾਂ ਛੱਡਦੀਆਂ ਵੀ ਦੇਖੋ ਇਹਨੂੰ ਪਰਤਿਆ ਕੇ ਕਿੰਨਾ ਕੁ ਜ਼ੋਰ ਲਾਉਂਦਾ ਕੋਈ ਇਹੋ ਜੀ ਗੱਲ ਨਹੀਂ ਹੋਈ ਪੂਰੀ ਖਿਚਾਈ ਕਰੀ ਜਿੰਨੇ ਆਰਪੀਐਮ ਤੇ ਆਪਾਂ ਛੱਡਿਆ 1600 ਤੋਂ 100 ਚੱਕਰ ਵੀ ਨਹੀਂ ਤੋੜਿਆ 100 ਨਵੇਂ ਟਰੈਕਟਰ ਨਹੀਂ ਤੋੜਿਆ ਨਵੇਂ ਟਰੈਕਟਰ ਨੇ 100 ਚੱਕਰ ਨਵਾਂ ਟਰੈਕਟਰ ਤੁਸੀਂ ਦੇਖ ਸਕਦੇ ਹੋ 2-250 ਨਹੀਂ 300 ਦਾ ਆਮ ਹੀ ਮਾਰਦਾ ਥੱਲੇ ਲਾ ਕੇ ਅਜੇ ਕੁੱਲ ਵੀ 25 ਘੰਟੇ ਚੱਲਿਆ ਕੁੱਲ ਦੇਖ ਸਕਦੇ ਹੋ ਮੀਟਰ ਵੀ ਕੁੱਲ 27-28 ਵੱਧ ਤੋਂ ਵੱਧ 30 ਘੰਟੇ ਹੋ ਸਕਦਾ ਇਦੋਂ ਵੱਧ ਨਹੀਂ ਚੱਲਿਆ ਹੈਗਾ ਬਾਕੀ ਸੀ ਸੁਪਰ ਸੀਟਰ ਤੇ ਹੁਣ ਪਾ ਕੇ ਚਲਾ ਕੇ ਦੇਖਣਾ ਬਈ ਕਿਵੇਂ ਆਰਪੀਐਮ ਤੋੜਦਾ ਜਾਂ ਕੁਛ ਵੀ ਕਰਦਾ ਉਹ ਅੱਗੇ ਪ੍ਰੋਸੈਸ ਆ ਉਹ ਅੱਗੇ ਤੇ ਆਜੋ ਆਪਾਂ ਬਾਈ ਜੀ ਨਾਲ ਜਵਾਈਏ ਸੱਚੀ ਦਾ ਨਾਮ ਦਿਲਰਾਜ ਸਿੰਘ ਬਾਈ ਦਾ ਨਾਮ ਹੈ ਤੇ ਬਾਈ ਇਹ ਪੰਮੇ ਨਾਲ ਹੈਲਪਰ ਨੇ ਤੇ ਬਾਈ ਤੁਸੀਂ ਕਿਹੜੇ ਕਿਹੜੇ ਟਰੈਕਟਰ ਚਲਾਏ ਨੇ ਹੋਰ ਵੀਰ ਜੀ ਮੈਂ ਤਾਂ ਦੱਸਦਾ ਵੀ 8 ਸਾਲਾਂ ਬਾਅਦ ਮੈਂ ਫਿਰ ਟਰੈਕਟਰ ਚਲਾਇਆ 8 ਸਾਲਾਂ ਬਾਅਦ 8 ਸਾਲਾਂ ਬਾਅਦ ਇਸ ਵਾਰ ਹੁਣ ਟਰੈਕਟਰ ਚਲਾਇਆ ਹਾਂ ਪਹਿਲਾਂ ਖੇਤੀ ਦੇ ਕੰਮ ਇਕੱਠੇ ਕਰਦੇ ਉਸ ਤੋਂ ਬਾਅਦ ਮੈਂ ਥੋੜਾ ਟੈਕਸੀ ਲੈਣ ਚ ਹਾਂ ਮੇਰੀ ਕੈਬ ਦੇ ਅੱਛਾ ਅੱਛਾ ਪਰ ਇਸ ਵਾਰ ਮੈਂ ਇੱਥੇ ਇਹਨਾਂ ਨਾਲ ਵੈਸੇ ਚੱਲਿਆ 15-20 ਦਿਨ ਚੱਲਿਆ ਤਾਂ ਮੇਰੀ ਪਹਿਲਾਂ ਰਾਏ ਵੀਰ ਜੀ ਤੁਹਾਨੂੰ ਸਹੀ ਦੱਸਾਂ ਵੀ ਜੌਂਡੀਅਰ ਦੇ ਹੱਕ 'ਚ ਹੈ ਨਹੀਂ ਸੀ ਅੱਛਾ ਬਾਈ ਤਾਂ ਮੈਂ ਹਜੇ ਵੀ ਇਹਨਾਂ ਨੂੰ ਕਿਸੇ ਟਰੈਕਟਰ ਬਾਰੇ ਕਹਿ ਰਿਹਾ ਸੀ ਵੀ ਉਹ ਵਧੀਆ ਅੱਛਾ ਵੀ ਤੁਹਾਨੂੰ ਵੀ ਪਹਿਲਾਂ ਤੁਹਾਡਾ ਵੀ ਮਨ ਦਾ ਮੈਨੂੰ ਅਰਜਨ ਉਹ ਹੀ ਵਧੀਆ ਲੱਗਿਆ ਮੈਂ ਮਾੜਾ ਨਹੀਂ ਕਹਿੰਦਾ ਰਿਟਰਨ ਹੁਣ ਵੀ ਪਰ ਜਦੋਂ ਦਾ ਮੈਂ ਚਲਾਇਆ ਮੈਂ ਤਕਰੀਬਨ ਹਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 10-11 ਵਜੇ ਤੱਕ ਇਹਨੂੰ ਚਲਾਉਂਦਾ ਹਾਂ ਤਾਂ ਇਸ ਨੇ ਮੇਰੀ ਰਾਏ ਪਲਟ ਕੇ ਰੱਖੀ ਅੱਛਾ ਵੀ ਤੁਹਾਡਾ ਮਨ ਵੀ ਬਦਲ ਤੁਹਾਨੂੰ ਪਹਿਲਾਂ ਤੁਸੀਂ ਇਹਦੀ ਸਹਿਮਤੀ ਚ ਨਹੀਂ ਬਿਲਕੁਲ ਸਹਿਮਤੀ ਨਹੀਂ ਮੈਂ ਠੀਕ ਆ ਵੀ ਜੌਂਡੀਅਰ ਕਹਿੰਦੇ ਨੇ ਮੈਨੂੰ ਤੇਲ ਦਾ ਖਰਚਾ ਲੱਗਦਾ ਤੁਹਾਨੂੰ ਵੀ ਹੈਗਾ ਸੀ ਉਹ ਵੀ ਤੇਲ ਬਹੁਤ ਪੀਂਦਾ ਪਰ ਹਾਂ ਪਰ ਇਸ ਦਾ ਤੇਲ ਔਰ ਮੈਨੂੰ ਇਸ ਦੀ ਚਲਾਈ ਨਾ ਕੋਈ ਥਕਾਵਟ ਕਿਉਂਕਿ ਅਸੀਂ 3 ਜਣੇ ਹਾਂ ਠੀਕ ਹੈ ਵੀਰ ਬਾਹਰ ਅੰਦਰ ਦਾ ਵਹਿੰਦੇ ਹੀ ਅਸੀਂ ਟਰੈਕਟਰ ਤੇ ਹਾਂ ਇੱਕ ਮੁੰਡਾ ਹੋਰ ਸੀ ਤਾਂ ਮੈਨੂੰ 14-16 ਘੰਟੇ ਟਰੈਕਟਰ ਇਕੱਲੇ ਨੇ ਚਲਾਇਆ ਕੋਈ ਥਕਾਨ ਨਹੀਂ ਕੋਈ ਟਰੈਕਟਰ ਗਰਮ ਜਾਂ ਚੱਕਰ ਤੋੜਦਾ ਹੋਵੇ ਜਾਂ ਕੁਛ ਵੀ ਹੈ ਕੋਈ ਕੰਨਾਂ ਨੂੰ ਤਕਲੀਫ ਨਹੀਂ ਪਈ ਮੈਂ ਵਿੱਚ ਵਿੱਚ ਵੀਰ ਇਹਨੂੰ ਓਵਰ ਗੇਅਰ 'ਚ ਵੀ ਲਾ ਕੇ ਦੇਖਿਆ ਵੀ ਵੱਡੇ ਜੀ ਮੰਨ ਲਓ ਜੇ ਬੀਜ ਦੇ ਦੂਸਰੇ ਚੱਲ ਰਿਹਾ ਤੁਸੀਂ ਤੀਸਰਾ ਵੀ ਦੇ ਦਿੰਦੇ ਹਾਂ ਤੀਸਰਾ ਵੀ ਦੇ ਕੇ ਵੇਖਿਆ ਕੁਛ ਵੀ ਕੋਈ ਚੱਕਰ ਨਹੀਂ ਕੁਛ ਨਹੀਂ ਹੋਇਆ ਵੀਰੇ ਨੂੰ ਕੋਈ ਚੱਕਰ ਨਹੀਂ ਹੋਇਆ ਕੋਈ ਤੇਲ ਦਾ ਖਰਚਾ ਜ਼ਿਆਦਾ ਨਹੀਂ ਹੋਇਆ ਪਰ ਹੁਣ ਮੈਨੂੰ ਅੱਜ ਵੀ ਮੈਨੂੰ ਕਹਿ ਰਿਹਾ ਵੀ ਟਰੈਕਟਰ ਨੇ ਬਾਕੀ ਮੇਰੀ ਰਾਏ ਇਸ ਨੇ ਪਲਟੀ
ਫੇਰ ਨਾਲੇ ਕੰਮ ਨਿਬੇੜੂ ਡੀਜ਼ਲ ਇਹਨੂੰ ਨਹੀਂ ਖਾਣਾ ਡੀਜ਼ਲ ਇਹਨੂੰ ਰੋਡ ਦਾ ਕਿੰਨਾ ਬਈ ਹੋਇਆ ਇਹਦਾ ਰੋਡ ਦਾ ਖਰਚਾ ਵੀਰੇ ਜਮਾ ਜਾਇਜ਼ ਹੈ ਸ਼ਾਮ ਹੋ ਗਈ ਤੇ ਬਾਈ ਹੁਣ ਟੈਂਕੀਆਂ ਭਰ ਕੇ ਖੜਾ ਦੇਣਗੇ ਸਾਫ ਸਫਾਈ ਕਰਕੇ ਤੇ ਸਵੇਰੇ ਲੈ ਕੇ ਜਾਣਗੇ ਜੇ